ਕਾਲਾ ਅੰਮ੍ਰਿਤਸਰ ਮੁੱਖ ਮਾਰਗ ਦੇ ਉੱਪਰ ਸਥਿਤ ਪਿੰਡ ਉੱਗੜ ਔਲਪ ਜਿਹੜਾ ਹੈ ਉੱਥੇ ਮੋਟਰਸਾਈਕਲ ਸਵਾਰ ਸਕੂਲੀ ਬੱਚਿਆਂ ਦੇ ਨਾਲ ਇੱਕ ਵੱਡਾ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿੱਥੇ ਕਿ ਸਕੂਲ ਤੋਂ ਛੁੱਟੀ ਹੋਣ ਦੇ ਸਮੇਂ ਮੋਟਰਸਾਈਕਲ ਤੇ ਸਵਾਰ 10ਵੀਂ ਕਲਾਸ ਦੇ 3 ਬੱਚੇ ਜਦੋਂ ਸਕੂਲ ਤੋਂ ਘਰ ਵਾਪਸ ਦੇ ਲਈ ਨਿਕਲੇ ਤਾਂ ਅਚਾਨਕ ਆਟੋ ਦੇ ਵਿੱਚ ਉਹਨਾਂ ਦੀ ਟੱਕਰ ਹੋ ਗਈ ਅਤੇ ਇਸ ਦੌਰਾਨ 3 ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਕ੍ਰਿਸ਼ਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ 2 ਸਕੂਲੀ ਬੱਚਿਆਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਦੇ ਕਰਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਉੱਥੇ ਹੀ ਤੀਸਰੇ ਸਕੂਲੀ ਬੱਚੇ ਦਾ ਅਜਨਾਲਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਮੈਂ ਨਾਲੇ ਤੋਂ ਪੈਣ ਨੂੰ ਜਾਣ ਡਿਆ, ਮੈਂ ਵੇਖਿਆ ਰਾਹ 'ਚ ਐਕਸੀਡੈਂਟ ਹੋਇਆ ਤਾਂ ਉਹਦਾ ਇਹਨਾਂ ਚੁੱਕ ਕੇ ਭਾਜੀ ਵੀ ਨਹੀਂ ਨਾਲ ਆਏ ਆ, ਇਹ ਜਗਰਾਉਂ ਤੋਂ ਅਸੀਂ ਵੀ ਨਾਲੇ ਤੋਂ ਜਾਣ ਡਏ ਸੀ ਅੰਮ੍ਰਿਤਸਰ ਨੂੰ, ਫਿਰ ਆਪਾਂ ਗੱਡੀ 'ਚ ਲੈ ਕੇ ਆ ਗਏ ਇੱਥੇ ਅਤੇ ਇੱਥੇ ਪਹੁੰਚਾ ਤੇ ਹੋਸਪਿਟਲ। ਨਹੀਂ ਇਹ ਬਾਰੇ ਨਹੀਂ ਪਤਾ ਲੱਗਾ, ਅਸੀਂ ਤਾਂ ਉਸ ਵੇਲੇ ਚੁੱਕ ਕੇ ਲੈ ਕੇ ਆ ਗਏ, ਇਹ ਪਰ ਇਹ ਬੱਚੇ ਮੋਟਰਸਾਈਕਲ ਤੇ ਦੱਸਿਆ ਗਿਆ। ਹਾਂਜੀ ਆਟੋ ਚ ਆਖਣ ਡੇ ਵੱਜੇ ਆ, ਜਿਹੜਾ ਛੋਟਾ ਹਾਥੀ ਹੁੰਦਾ ਉਹ ਚਾਹੁੰਦੇ। ਸਾਡੇ ਕੋਲ 3 ਬੱਚੇ ਆਏ ਨੇ, ਇਹ ਬੱਚੇ ਪਹਿਲਾਂ ਸਾਡੇ ਵਾਸਤੇ ਅਨਨੋਨ ਪੇਸ਼ੈਂਟ ਸੀ, ਇਹਨਾਂ ਨੂੰ ਇੱਕ ਰੈਂਡਮ ਪਰਸਨ ਲੈ ਕੇ ਆਏ ਨੇ ਹਿਊਮੈਨਿਟੀ ਦੇ ਬੇਸਿਸ ਤੇ, ਸਕੂਲ ਗੋਇੰਗ ਬੱਚੇ ਹੈਗੇ ਆ। ਜਿਸ ਤੱਕ ਆਈਡੀਆ ਹੈਗਾ ਕਿ ਇਹ ਮੋਟਰਸਾਈਕਲ ਤੇ ਹੈਗੇ ਸੀ, ਇਹਨਾਂ ਦਾ ਐਕਸੀਡੈਂਟ ਹੋਇਆ, 3 ਬੱਚੇ ਆਏ ਆ, 2 ਬੱਚਿਆਂ ਦੇ ਵਿੱਚੋਂ 2 ਬੱਚਿਆਂ ਦੀ ਹਾਲਤ ਬਹੁਤ ਹੀ ਖਰਾਬ ਹੈਗੀ ਹੈ। ਇੱਕ ਬੱਚਾ ਹੈ ਉਹਦੇ ਸਿਰ ਤੇ ਬਹੁਤ ਜ਼ਿਆਦਾ ਸੱਟ ਹੈਗੀ ਹੈ ਕਿ ਉਹਦਾ ਜਿਹੜਾ ਬ੍ਰੇਨ ਹੈ ਉਹ ਆਲਮੋਸਟ ਬਾਹਰ ਹੀ ਹੈਗਾ ਸੀ। ਉਸ ਪੇਸ਼ੈਂਟ ਨੂੰ ਅਸੀਂ ਰੈਫਰ ਕੀਤਾ ਗੁਰੂ ਨਾਨਕ ਹਸਪਤਾਲ ਤੋਂ ਇੱਥੋਂ ਪੂਰੀ ਪ੍ਰੋਪਰ ਫਸਟ ਏਡ ਦੇ ਕੇ, ਦੂਜੇ ਪੇਸ਼ੈਂਟ ਨੂੰ ਵੀ ਅਸੀਂ ਪ੍ਰੋਪਰ ਫਸਟ ਏਡ ਦੇ ਕੇ ਗੁਰੂ ਨਾਨਕ ਹਸਪਤਾਲ 'ਚ ਰੈਫਰ ਕੀਤਾ ਹੋਇਆ ਹੈ। ਦੋਨਾਂ ਦੀ ਏਜ ਨੀਅਰ ਅਬਾਊਟ 10 ਕੁ ਸਾਲ ਹੋਏਗੀ। ਤੀਸਰਾ ਪੇਸ਼ੈਂਟ ਬਿਲਕੁਲ ਠੀਕ ਹੈ, ਪੇਸ਼ੈਂਟ ਦੇ ਸਿਰ ਤੇ ਹਲਕੀ ਜਿਹੀ ਇੱਕ ਲੈਸਰੇਟਿਡ ਵੂੰਡ ਹੈਗਾ ਹੈ ਜੋ ਕਿ ਇੱਥੇ ਮੈਨੇਜੇਬਲ ਹੈਗਾ ਸਾਡੇ ਹਸਪਤਾਲ ਦੇ ਵਿੱਚ ਹੀ, ਉਹਨੂੰ ਆਪਾਂ ਆਬਜ਼ਰਵੇਸ਼ਨ ਦੇ ਵਿੱਚ ਰੱਖਿਆ ਹੋਇਆ, ਲੋਡ ਪੈਣ ਤੇ ਆਪਾਂ ਉਹਨਾਂ ਦਾ ਇੱਕ ਸੀਟੀ ਸਕੈਨ ਕਰਵਾਉਣਾ ਹੈ। ਐਸ ਸੱਚ ਪੇਸ਼ੈਂਟ ਖਤਰੇ ਤੋਂ ਬਾਹਰ ਹੈਗਾ। 2 ਬੱਚਿਆਂ ਨੂੰ ਅਸੀਂ ਗੁਰੂ ਨਾਨਕ ਹਸਪਤਾਲ ਰੈਫਰ ਕੀਤਾ ਹੈ।